ਆਜੋ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੁੱਪ ਇਸ ਇਨ ਕੈਲੀਫੋਰਨੀਆ ਹੋਰ ਪਿਆਰਿਓ ਆਜੋ ਸਾਰੇ ਗੱਲਬਾਤ ਸ਼ੁਰੂ ਕਰੀਏ ਅਨੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਸਟਾਈਮ ਹੋ ਵੀ ਵੈਸੇ ਅੰਮ੍ਰਿਤ ਵੇਲੇ ਦਾ ਹੋ ਗਿਆ 12:30 ਸਮਾ ਰਾਤ ਦਾ ਅੰਮ੍ਰਿਤ ਵੇਲਾ ਲਾ ਲੋ ਤੜਕੇ ਦਾ ਤੇ ਵੀਡੀਓ ਬੜੀ ਪ੍ਰਚਲਿਤ ਹੋਈ ਹੈ ਟਡਰੀ ਵਾਲੀ ਦੀ ਜਿਹਦੇ ਵਿੱਚ ਕਹਿੰਦਾ ਕਿ ਅੰਮ੍ਰਿਤ ਵੇਲੇ ਜਾਗਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਿੰਦਰ ਸਿੰਘ ਜੀ ਅੰਮ੍ਰਿਤ ਵੇਲੇ ਜਾਗਣਾ ਕੁਦਰਤ ਦੇ ਖਿਲਾਫ ਹੈ ਕਿਉਂਕਿ ਰੱਬ ਨੇ ਰਾਤ ਬਣਾਈ ਹੈ ਸੌਣ ਵਾਸਤੇ ਔਰ ਜਦੋਂ ਬੰਦਾ ਸੌਂਦਾ ਹੈ ਤੇ ਮੇਰਾ ਜਿਹੜਾ ਰੱਬ ਹੈ ਉਹ ਕਹਿੰਦਾ ਵੀ ਤੂੰ ਸੌਂ ਮੈਂ ਤੇਰੇ ਸੈੱਲ ਪੂਰੇ ਕਰਾਂ ਹਾਂ ਨਾ ਤੂੰ ਸਾਰਾ ਦਿਨ ਥੱਕਿਆ ਕੰਮ ਕਰਕੇ ਤੇ ਆਪਣੇ ਸੈੱਲ ਪੂਰੇ ਕਰਦੇ ਜਿਹੜੇ 3-3 ਵਜੇ ਉੱਠ ਕੇ ਜਿਹੜੇ ਵਾਇਗਰ ਵਾਇਗਰ ਕਰਨ ਬਹਿ ਜਾਂਦੇ ਨੇ ਉਹ ਸਾਰੇ ਜਿਹੜੇ ਨੇ ਮਨਮੁਖ ਨੇ ਕਿਉਂਕਿ ਉਹ ਕੁਦਰਤ ਦੇ ਨਿਯਮ ਦੀ ਉਲੰਘਣਾ ਕਰਦੇ ਨੇ ਤੇ ਹੁਣ ਸਾਫਗਾ ਸੰਤ ਜੀ ਇਹ ਕਹਿ ਰਹੇ ਨੇ ਕਿ ਤੁਸੀਂ ਮੇਰੀ ਪੂਰੀ ਵੀਡੀਓ ਸੁਣੋ ਪਹਿਲੀ ਗੱਲ ਤੇ ਇਹ ਵੀ ਸਾਫਗਾ ਸੰਤ ਜੀ ਕੀ ਤੁਸੀਂ ਸੰਪੂਰਨ ਗੁਰਬਾਣੀ ਦੀ ਸੰਥਿਆ ਲਈ ਸੀ ਸਟੇਜ ਤੇ ਬਹਿਣ ਤੋਂ ਪਹਿਲਾਂ ਤੁਸੀਂ ਕੋਈ ਵੀ ਨਾ ਕੋਈ ਨਵਾਂ ਸ਼ੋਸ਼ਾ ਛੱਡ ਕੇ ਅੰਜ ਸਾਰੇ ਕੁਸ਼ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੋਈ ਨਾ ਕੋਈ ਸ਼ੋਸ਼ਾ ਛੱਡ ਕੇ ਤੇ ਫਿਰ ਤੁਸੀਂ ਕਹਿੰਦੇ ਮੇਰੀ ਪੂਰੀ ਵੀਡੀਓ ਸੁਣੋ ਕੀ ਸੰਪੂਰਨ ਗੁਰਬਾਣੀ ਦੀ ਸੰਥਿਆਲੇਜੀ ਸਟੇਜ ਤੇ ਬਹਿਣ ਤੋਂ ਪਹਿਲਾਂ ਕਿ ਇਦਾਂ ਹੀ ਬੈ ਕੇ ਚਵਲਾ ਮਾਰਨੀ ਸ਼ੁਰੂ ਕਰ ਦਿੱਤੀਆਂ ਖੈਰ ਗੁਰਬਾਣੀ ਦਾ ਫੈਸਲਾ ਹੈ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੇ ਦੂਸਰਿਆਂ ਨੂੰ ਉਪਦੇਸ਼ ਕਰਨਾ ਤੇ ਆਪ ਜਿਹੜਾ ਨਹੀਂ ਕਰਦੇ ਨਾ ਕਹਿੰਦੇ ਫਿਰ ਉਹ ਜੰਮਣ ਮਰਨ ਚ ਪੈ ਜਾਂਦਾ ਹੈ ਇਹ ਅਗਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦਾ ਤੇ ਉਹ ਆਪ ਨਹੀਂ ਮੰਨਦਾ ਹੁਣ ਜਿਹੜੀ ਇਹ ਗੱਲ ਕੀਤੀ ਹੈ ਅੰਮ੍ਰਿਤ ਵੇਲੇ ਦੀ ਵੀ ਰਾਤ ਸੌਣ ਵਾਸਤੇ ਹੁੰਦੀ ਹੈ ਵੀ ਜੇ ਰਾਤ ਸੌਣ ਵਾਸਤੇ ਹੁੰਦੀ ਤੂੰ ਅੱਧੀ ਅੱਧੀ ਰਾਤ ਨੂੰ ਦੀਵਾਨ ਨਾਲ ਬਹਿ ਜਾਣਾ ਲੋਕਾਂ ਨੂੰ ਠਾ ਕੇ ਰੱਖਦਾ ਕਿ ਤੂੰ ਕੁਦਰਤ ਦੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਫਿਰ ਆਪ ਕੁਦਰਤ ਦਾ ਨਿਯਮ ਦੇਖੀਏ ਕੀ ਹੈ ਦੇਖੋ ਕੁਦਰਤ ਦਾ ਨਿਯਮ ਜਿਹੜਾ ਹੈ ਨਾ ਉਹਨੂੰ ਪੂਰੀ ਕਾਇਨਾਤ ਪਾਲਦੀ ਹੈ ਸਵਾਜ ਮਨੁੱਖ ਦੇ ਕੱਲਾ ਇੱਕ ਮਨੁੱਖ ਐਸੀ ਜੋਨੀ ਹੈ ਜਿਹੜੀ ਕੁਦਰਤ ਦੇ ਨਿਯਮ ਤੋਂ ਆਕੀ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਅੰਤ ਤੇ ਦੇਖੋ ਸਾਰੀ ਕਾਇਨਾਤ ਇਸਦਾ ਕੀ ਬੜੀਆਂ ਬੜੀਆਂ ਸ਼ਕਤੀਆਂ ਸੂਰਜ ਚੰ드ਰਮਾ ਸਾਗਰ ਇਹ ਸਾਰੇ ਉਹਦੇ ਭੈ ਉਹਦੇ ਹੁਕਮ ਦੇ ਵਿੱਚ ਨੇ ਪਹਿਲਾਂ ਆਪਾਂ ਪਸ਼ੂ ਪੰਛੀਵਾਂ ਮਲ ਦੇਖੀਏ ਫਿਰ ਇਨਸਾਨ ਤੇ ਬਾਅਦ ਚ ਆਉਨੇ ਆਂ ਗੁਰਬਾਣੀ ਦੀ ਗੱਲ ਫਿਰ ਕਰਾਂਗੇ ਆਪਾਂ ਹੁਣ ਕੁਦਰਤ ਦਾ ਨਿਯਮ ਹੈ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ ਨਾ ਕੁੱਕਰ ਜਿਹੜਾ ਹੈ ਉਹ ਬਾਗ ਦੇ ਕੇ ਜਗਾਉਂਦਾ ਹੈ ਹੁਣ ਉਹ ਤੇ ਆਪਣੇ ਆਪ ਉਹਨੇ ਕਿਹੜਾ ਇੱਥੇ ਲਾਗੇ అలਾਰਮ ਲਾਇਆ ਜਾਂ ਗੁਰਦੇ ਰਾਟੋ ਦੀ ਘੜੀ ਬੰਨੀ ਹੈ ਵੀ ਮੈਂ ਇੰਨੇ ਵੇਲੇ ਹੀ ਬਾਗ ਦੇਣੀ ਹੈ ਹਾਂਜੀ ਹਰਮਨਪ੍ਰੀਤ ਸਿੰਘ ਜੀ ਇਹ ਰੋਣ ਵਾਲੇ ਜਿਹੜੇ ਮੂੰਹ ਹੈ ਘਗਰੀ ਦੇ ਚੇਲੇ ਨੇ ਸਾਰੇ ਦੁਖੀ ਹੋ ਰਹੇ ਨੇ ਉਹਨੇ ਚਿੜੀਆਂ ਜਿਹੜੀਆਂ ਨੇ ਹਾਂ ਸਾਡੇ ਘਰ ਦੇ ਪਿਛਲੇ ਪਾਸੇ ਕਾਫੀ ਚਿੜੀਆਂ ਰਹਿੰਦੀਆਂ ਪੇੜ ਦੇ ਉੱਤੇ ਉਹ ਪੌਫ ਡਾਲੇ ਤੋਂ ਪਹਿਲਾਂ ਸ਼ੋਰ ਮਚਲਣਾ ਪੈਂਦਾ ਜਿਹੜੇ ਲੋਕ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ ਉਹਨਾਂ ਨੂੰ ਪਤਾ ਹੈ ਕਿ ਉਹ 베ਰੀ ਦੇ ਜਿਹੜੀਆਂ ਚਿੜੀਆਂ ਬੈਠੀਆਂ ਪਿੰਡਾਂ ਦੇ ਲੋਕਾਂ ਨੂੰ ਪਤਾ ਹੈ ਬਈ ਉਹ ਪੌਫ ਡਾਲੇ ਤੋਂ ਪਹਿਲਾਂ ਹੀ ਅੰਮ੍ਰਿਤ ਵੇਲਾ ਜਦ ਹੁੰਦਾ ਉਹ ਸਵੇਖਤ ਉਹ ਸ਼ੋਰ ਸ਼ਰਾਬਾ ਪਾਲਨ ਪੈਂਦੀ ਤੇ ਤੜਕੇ ਆਪਣੇ ਘਰਾਂ ਨੂੰ ਤੋਂ ਉਹ ਤੁਰ ਪੈਂਦੀਆਂ ਨੇ ਆਪਣੇ ਦਾਣਾ ਤੁਣਕਾ ਇਕੱਠਾ ਕਰਨ ਵਾਸਤੇ ਉਹਨਾਂ ਨੇ ਜਿਹੜੇ అలਾਰਮ ਲਾਏ ਨੇ ਮਤਲਬ ਉਹ ਤੜਕੇ ਉੱਠ ਕੇ ਤੁਰ ਪੈਂਦੀਆਂ ਨੇ ਕਿ ਉਹ ਰੱਬ ਦੇ ਨਿਯਮ ਦੀ ਖਿਲਾਫਤ ਕਰਦੀਆਂ ਨੇ ਫਿਚੜੀਆਂ ਕੁੱਕੜਾ ਤੜਕੇ ਬਾਗ ਦਿੰਦਾ ਤੇ ਆ ਘੜੀਆਂ ਤੇ ਹੁਣ ਆਈਆਂ ਪਹਿਲਾਂ ਜਿਹੜਾ ਮਨੁੱਖ ਮਾਤਰਾ ਸੀ ਇਹ ਬਾਗ ਦੇ ਨਾਲ ਚੱਲਦਾ ਸੀ ਕੁੱਕੜ ਦੇ ਬੇਚ ਲੋ ਕੁੱਕਰ ਦੀ ਬਾਗ ਹੋ ਗਈ ਹੈ ਮੇਰਾ ਮਤਲਬ ਹੈ ਕਿ ਉੱਠਣ ਦਾ ਸਮਾਂ ਹੋ ਗਿਆ ਅਜੇ ਸੂਰਜ ਨਹੀਂ ਚੜਿਆ ਅਜੇ ਰਾਤ ਹੈ ਖਤਮ ਹੋ ਰਹੀ ਹੈ ਸੂਰਜ ਚੜਨ ਵਾਲਾ ਹੈ ਇੱਕ ਘੜੀ ਤੋਂ ਪਤਾ ਨਹੀਂ ਸੀ ਚੱਲਦਾ ਪੂਰੀ ਕਾਇਨਾਤ ਜੇ ਕਿਸੇ ਨੂੰ ਸਤਗੁਰੂ ਨੇ ਸ਼ੇਰ ਬਣਾਤਾ ਤਾਂ ਉਹ ਸ਼ੇਰ ਹੈ ਜੇ ਕਿਸੇ ਨੂੰ ਕੁੱਤਾ ਬਣਾਤਾ ਕੁੱਤਾ ਹੈ ਉਹ ਆਪਣੀ ਆਪਣੀ ਜੁਗ ਸਾਰੇ ਰਾਜੀ ਨੇ ਸਿਰ ਮਨੁੱਖ ਐਸਾ ਜਿਹੜਾ ਦੁਖੀ ਹੈ ਤੇ ਮਨੁੱਖ ਮਾਤਰ ਕਿਉਂ ਦੁਖੀ ਕਿਉਂਕਿ ਕੁਦਰਤ ਦੇ ਹੁਕਮਾਂ ਤੋਂ ਵਾਕੀ ਹੈ ਹੁਣ ਇਹ ਕਹਿੰਦਾ ਕਿ ਰਾਤ ਸੌਣ ਵਾਸਤੇ ਬਣਾਈ ਹੈ ਪਰ ਗੁਰਬਾਣੀ ਤੇ ਕਹਿੰਦੀ ਹੈ ਪਿੰਨੀ ਰੈਣੜੀਏ ਚਮਕਣ ਤਾਰੇ ਜਾਗਣ ਸੰਤ ਜਨਾ ਮੇਰੇ RAM ਪਿਆਰੇ ਵੇ ਰਾਤ ਹੈ ਪਿੰਨੀ ਮਿੱਠੀ ਰਾਤ ਹੈ ਠੰਡੀ ਹਵਾ ਚੱਲਦੀ ਪਈ ਹੈ ਤਾਰੇ ਚਮਕਦੇ ਪਏ ਨੇ ਤੇ ਜਿੱਥੇ ਪੂਰੀ ਮਨਮੁਖਤਾ ਭਰੀ ਕਾਇਨਾਤ ਰਜਾਈ ਦੀ ਸੁੱਤੀ ਹੈ ਉੱਥੇ ਮੇਰੇ ਪਿਆਰੇ ਜਿਹੜੇ ਕਹਿੰਦੇ ਜਾਗਦੇ ਪਏ ਨੇ ਪ੍ਰਭੂ ਸਿਮਰਨ ਦੇ ਵਿੱਚ ਲੀਨ ਨੇ ਕਬੀਰ ਸਾਨੂੰ ਇੱਥੋਂ ਤੱਕ ਕਹਤਾ ਕਬੀਰ ਸੁੱਤਾ ਕਿਆ ਕਰੇ ਕਿਉਂ ਸੁੱਤਾ ਹੋਇਆ ਬੈਠਾ ਰੋ ਅਰ ਜਾਗ ਕਹਿੰਦਾ ਬੈਠਾ ਰਹਿ ਜਾਗ ਜੇ ਤੂੰ ਜਿਹਦੇ ਨਾਲ ਵਿਛੜਿਆ ਹੋਇਆ ਉਹਦੇ ਨਾਲ ਮਿਲਾਬ ਦਾ ਕੋਈ ਸਾਧਨ ਕਰ ਤੂੰ ਸੁੱਤਾ ਕਿਉਂ ਪਿਆ ਹੋਇਆ ਰੈਣ ਗਵਾਏ ਸੋਏ ਕੇ ਦਿਵਸ ਗਵਾਇਆ ਖਾਏ ਇਦਿ ਰਾਤ ਹੈ ਤੂੰ ਸੋ ਕੇ ਗਵਾਤੀ ਸਾਰੀ ਆਪਣੀ ਤੂੰ ਸਿਮਰਲੇ ਨਹੀਂ ਕੀਤਾ ਤੂੰ ਬੰਦਗੀ ਨਹੀਂ ਕੀਤੀ ਚਲੋ ਇਹ ਤੇ ਇਹ ਸਾਨੂੰ ਕਹਿਣਗੇ ਕਿ ਬ੍ਰਾਹਮਣਵਾਦ ਦੇ ਤੜਕੇ ਦਾ ਜਾਗਣਾ ਤੋਂ ਇਸਲਾਮ ਤੇ ਜਿਹੜਾ ਮੁਸਲਮਾਨ ਉਹ ਤੇ ਬ੍ਰਾਹਮਣ ਦੇ ਨਾਲ ਦਾ ਲੈਣ ਦੇ ਨਹੀਂ ਕੋਈ ਨਹੀਂ ਉਹ ਤੇ ਬ੍ਰਾਹਮਣ ਤੋਂ ਉੱਟ ਹੈ ਪਰ ਉਹ ਜਿਹੜੀ ਫਜ਼ਰ ਦੀ ਨਮਾਜ਼ ਹੈ ਜਿਸ ਵਕਤ ਅਜੇ ਸੂਰਜ ਚੜ੍ਹਿਆ ਨਹੀਂ ਤੇ ਚੰ드ਰਮਾ ਡੁੱਬਿਆ ਹੋਇਆ ਹਲਕਾ ਜਿਹਾ ਬੋਫ ਡਾਲਾਜ ਹੋਇਆ ਤੇ ਉਹ ਨਮਾਜ਼ ਫਜਰ ਦੀ ਨਮਾਜ਼ ਜਿਹੜੀ ਉਹ ਸ਼ੁਰੂ ਹੁੰਦੀ ਹੈ ਸੂਰਜ ਚੜ੍ਹਨ ਤੱਕ ਚੱਲਦੀ ਹੈ ਤੇ ਜੇਕਰ ਉਹ ਨਮਾਜ਼ ਕਿਤੇ ਸੂਰਜ ਚੜ੍ਹੇ ਹੋ ਜੇ ਤੇ ਫਿਰ ਉਹਨੂੰ ਖਿਜ਼ਾਈ ਕਹਿੰਦੇ ਇਹ ਨਮਾਜ਼ ਜਿਹੜੀ ਖਿਜ਼ਾ ਹੋ ਗਈ ਹੈ ਵੇਸਟ ਹੋ ਗਈ ਹੈ ਫਿਰ ਇਸ਼ਾ ਦੀ ਨਮਾਜ਼ ਜਿਹੜੀ ਸੂਰਜ ਢਲਣ ਤੋਂ ਬਾਅਦ ਦੀ ਹੈ ਇਸਲਾਮ ਨਾਲ ਤਾਂ ਕੋਈ ਲੈਣ ਦੇ ਨਹੀਂ ਹੈ ਕਬੀਰ ਸੁਪਨੇ ਹੂੰ ਬਰ lãi ਕੇ ਜਿਹੇ ਮੁਖ ਨਿਕਸੈ RAM ਤਾਂ ਕਿ ਪਗ ਕੀ ਪਾਹਣੀ ਮੇਰੋ ਤਨ ਕੋ ਚਾਮ ਕਹਿੰਦੇ ਜਿਹਦੇ ਮੂੰ ਸੁੱਤਿਆ ਜੋ ਬੰਦਾ ਨਾ ਬਣਾਉਂਦਾ ਸੁੱਤਾ ਪਿਆ ਕਹਿੰਦੇ ਬਰ lãi ਜਿਹਨ ਮੂੰ ਸੁੱਤੇ ਬਰ lãi ਜਿਹਦੇ ਮੂੰ ਚ ਵਾਹਿਗੁਰੂ ਆਰਾਮ ਨਿਕਲੇ ਨਾ ਕਹਿੰਦੇ ਮੇਰੇ ਜਿਹੜੇ ਚੰਮ ਦੀ ਜੁੱਤੀ ਉਹਦੇ ਪੈਰ ਨੂੰ ਉਹਦੇ ਸਰੀਰ ਦੀ ਜਿਹੜੀ ਜੁੱਤੀ ਆ ਉਹਦੇ ਪੈਰਾਂ ਚ ਪਾ ਦੋ ਤੇ ਇਹ ਪਹਿਲਵਾਨ ਜੀ ਕਹਿੰਦੇ ਨੇ ਕਿ ਤਿਲਕੇ ਉੱਠ ਕੇ ਵੈਗਰੂ ਵੈਗਰੂ ਕਰਨਾ ਹੈ ਮਨਮੁਖਤਾ ਜੇ ਵੈਗਰੂ ਵੈਗਰੂ ਕਰਨਾ ਮਨਮੁਖਤਾ ਹੈ ਤੇ ਕੁਦਰਤ ਦੇ ਹੁਕਮ ਦੇ ਖਿਲਾਫ ਹੈ ਤੇ ਕੀ ਪੂਰਾ ਸਿੱਖ ਪੰਥ ਕੁਦਰਤ ਦੇ ਹੁਕਮ ਦੇ ਖਿਲਾਫ ਹੈ ਤੇ ਨੰ ਪਹਿਲੇ ਤੋਂ ਕੀਰਤਨ ਸ਼ੁਰੂ ਹੁੰਦਾ ਸੀ ਹਰਿਮੰਦਰ ਸਾਹਿਬ ਦੇ ਵਿੱਚ ਉਸ ਤੋਂ ਪਹਿਲਾਂ ਸੇਵਾ ਹੁੰਦੀ ਹੈ ਕੀ ਇਹ ਸਾਰੇ ਮਨਮੁਖ ਨੇ ਜਿਹੜੇ ਅੰਮ੍ਰਿਤ ਵੇਲੇ ਆ ਕੇ ਜਿਸ ਵਕਤ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਸੌਂ ਦਾ ਪੂਰਾ ਲੋਕੀ ਆਨੰਦ ਲੈ ਰਹੇ ਹੁੰਦੇ ਨੇ ਤੇ ਉਹ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਸ੍ਰੀ ਹਰਮੰਦਰ ਸਾਹਿਬ ਸੇਵਾ ਕਰਦੇ ਨੇ ਆ ਕੇ ਜਿਆਦਾ ਤਨ ਪਹਿਲੇ ਦੀ ਜਿਹੜੀ ਸੇਵਾ ਹੁੰਦੀ ਹੈ ਉਸ ਵਕਤ ਕੀਰਤਨ ਸ਼ੁਰੂ ਹੁੰਦਾ ਅੰਮ੍ਰਿਤ ਵੇਲੇ ਦਾ ਸੰਗਤਾਂ ਬੈਠਦੀਆਂ ਨੇ ਸੁਣਦੀਆਂ ਨੇ ਫਿਰ ਅਸਾ ਕੀ ਵਾਰ ਦਾ ਕੀਰਤਨ ਚੱਲਦਾ ਹੈ ਕਿ ਇਹ ਸਾਰੇ ਮਨਮੁਖ ਨੇ ਤੇ ਗੁਰਮੁਖ ਤੇ ਉਹੀ ਹੋਇਆ ਫਿਰ ਜਿਹੜਾ ਖਾ ਪੀ ਕੇ ਤੜਕੇ 10 ਵਜੇ ਤੱਕ ਸੁੱਤਾ ਹੋਇਆ ਹੈ ਅਸਲ ਦੇ ਵਿੱਚ ਨਾ ਜਦੋਂ ਵਿਨਾਸ਼ ਕਾਲ ਵਿਪਰੀਤ ਬੁੱਧੀ ਜਦੋਂ ਬੁਰਾ ਸਬੰਧ ਨਾ ਮੱਤ ਮਾਰੀ ਜਾਂਦੀ ਜਿਵੇਂ ਇੱਕ ਘਗੜੀ ਦਾ ਬੁਰਾ ਸਬੰਧ ਚੱਲਦਾ ਪਿਆ ਹੈ ਮੇਰੀ ਮੱਤ ਮਾਰੀ ਗਈ ਹੋਰ ਕੁਝ ਨਹੀਂ ਹੋਇਆ ਅਗਰ ਕੋਈ Hindu ਜਾਂ ਕੋਈ Muslim ਜਾਂ ਕੋਈ ਹੋਰ ਵੀ ਇਸ ਇਹਨੂੰ ਸੁਣੇ ਨਾ ਕਿਤੇ ਤੇ ਉਹ ਕਹੇਗਾ ਕਿ ਜਾਂ ਤੇ ਪਾਗਲ ਹੋ ਗਿਆ ਹੈ ਇਹ ਹੁਣੇ ਹੁਣੇ ਪਾਗਲਖਾਨੇ ਚੋਂ ਬਾਹਰ ਆਇਆ ਹੈ ਕਿਉਂਕਿ ਇੱਕ ਨਾਰਮਲ ਇਨਸਾਨ ਐਸੀ ਗੱਲਾਂ ਨਹੀਂ ਕਰਦਾ ਕਦੇ ਵੀ ਕਿਉਂਕਿ ਮੁਸਲਮਾਨ ਵੀਰ ਵੀ ਤੜਕੇ ਉੱਠ ਕੇ ਅੱਲਾ ਅੱਲਾ ਜਪਦੇ ਨੇ ਹਿੰਦੂ ਵੀਰ ਵੀ ਜਿਹੜੇ ਜਿਹੜੇ ਬੰਦਗੀ 'ਚ ਜੁੜੇ ਹੁੰਦੇ ਨੇ ਉਹ ਵੀ ਅਮਰ ਤੇ ਉੱਠ ਕੇ ਆਪਣਾ ਜਿਹੜਾ ਵੇਲਾ ਸਾਧਦੇ ਨੇ ਜੇ ਕਿਸੇ ਵੀਰ ਦੇਖੋ ਦੋ ਪ੍ਰਕਾਰ ਦੇ ਸਕੂਲ ਮੈਂ ਐਕਸੈਪਲ ਦੇਣਾ ਦੋ ਪ੍ਰਕਾਰ ਦੇ ਸਕੂਲ ਨੇ ਇੱਕ ਸਕੂਲ ਉਹ ਹੈ ਜਿੱਥੇ ਬੱਚਿਆਂ ਨੇ ਬਹੁਤ ਰੋਲਾ ਪਾਇਆ ਹੋਇਆ ਹੈ ਉਹਨਾਂ ਦੇ ਸਾਈਆਂ ਡਿੱਗੀਆਂ ਹੋਈਆਂ ਸ਼ਰਟਾਂ ਉੱਤੇ ਤੇ ਝੋਲੇ ਵੀ ਪਾਟੇ-ਪੂਟੇ ਕਿਤਾਬਾਂ ਉਹਨਾਂ ਦੀਆਂ ਤੇ ਅੱਧੀ ਛੁੱਟੀ ਵੇਲੇ ਗੇਟ ਖੁੱਲਦਾ ਸਾਰੇ ਲਾਲਾ ਲਾਲਾ ਮੱਚਦੀ ਪੂਰੇ ਮਹੱਲੇ ਦੇ ਵਿੱਚ ਇੱਕ ਸਕੂਲ ਹੋਇਆ ਜਿਹਨੂੰ ਆਰਮੀ ਸਕੂਲ ਕਹਿੰਦੇ ਆ ਜਾਂ ਜਿਹਨੂੰ ਅਸੀਂ ਕਾਮੰਡ ਕਹਿੰਦੇ ਜਿਹੜਾ ਬੜਾ ਡਿਸਪਲਨ ਦੇ ਵਿੱਚ ਹੈ ਜਿੱਥੇ ਡੀਸੈਂਟ ਵਰਦੀਆਂ ਨੇ ਜਿੱਥੇ ਸਕੂਲ ਦੀ ਆਵਾਜ਼ ਬਾਹਰ ਨਹੀਂ ਆਉਂਦੀ ਜਿੱਥੇ ਅੱਧੀ ਛੁੱਟੀ ਵੇਲੇ ਦਰਵਾਜ਼ਾ ਨਹੀਂ ਖੁੱਲਦਾ ਤੁਸੀਂ ਆਪਣਾ ਬੱਚਾ ਕਿੱਥੇ ਪੜਨ ਭੇਜੋਗੇ ਡਿਸਪਲਿਨ ਜੇ ਸਕੂਲ ਦੇ ਵਿੱਚ ਉੱਥੇ ਭੇਜੋਗੇ ਕਿ ਉਹ ਸਕੂਲ ਦੇ ਵਿੱਚ ਭੇਜੋ ਜਿੱਥੇ ਖਾਕੀ ਨਿਕਰਾਂ ਪਾਈਆਂ ਦਾ ਰੋਲਾ ਪੂਰਾ ਪੈ ਰਿਹਾ ਹੈ ਸਰਕਾਰੀ ਸੰਸਾਰੀ ਵਿਦਿਆਵਾਸੇ ਅਸੀਂ ਐਨੇ ਅਗਰ ਕੌਨਸ਼ੀਅਸ ਆ ਤੇ ਧਰਮ ਦੀ ਪੜਾਈ ਵਾਸਤੇ ਅਸੀਂ ਇਹੋ ਜਿਹੀ ਮੂਰਖਾਂ ਕੋਲ ਕਿਉਂ ਜਾਂਦੇ ਆ ਜਿਨ੍ਹਾਂ ਡਿਸਪਲਿਨ ਹੀ ਕੋਈ ਨਹੀਂ ਨਾ ਸੌਣ ਦਾ ਨਾ ਜਾਗਣ ਦਾ ਲੋਕਾਂ ਨੂੰ ਕਹਿ ਰਿਹਾ ਕਿ ਕੁਦਰਤ ਨੂੰ ਸਮਝੋ ਕੁਦਰਤ ਕੀ ਕਹਿੰਦੀ ਹੈ ਰਾਤ ਰਾਤ ਜਿਹੜੀ ਸੌਣ ਵਾਸਤੇ ਹੈ ਸੈੱਲ ਚਾਰਜ ਕਰਨ ਵਾਸਤੇ ਆਪ 12:00 ਵਜੇ ਦੀਵਾਨ ਲਾ ਕੇ ਅਖਾੜੇ ਲਾਉਂਦਾ ਆਪਣਾ ਚਮਕੌਰ ਦੇ ਢੋਲਕੀਆਂ ਦੇ ਤੇ ਉਹ ਚਮਟੇ ਫੜਕਾਂਦਾ ਤੇ ਉੱਚੀ ਉੱਚੀ ਬੋਂਗੇ ਗਾਣੇ ਗੁਣੇ ਗਾਂਦਾ ਬਹਿ ਕੇ ਉੱਥੇ ਤੇ ਇਹ ਕੀ ਕੁਦਰਤ ਦੇ ਨਿਯਮ ਦਾ ਪਾਲਣ ਕਰ ਰਿਹਾ ਹੈ ਰਾਤ ਸੌਣ ਵਾਸਤੇ ਤੂੰ ਵੀ ਸੌਣਾ ਕਰਨਾ ਫਿਰ ਟਾਈਮ ਸਿਰ ਤੂੰ ਜਿਸ ਵਕਤ ਜਿਹੜੇ ਚਿੜੀਆਂ ਸੌਂਦੀਆਂ ਨੇ 6:30 7:00 ਵਜੇ ਚਿੜੀਆਂ ਆਪਣੇ ਆਲਿਆਂ ਨੂੰ ਮੁਰ ਜਾਂਦੀਆਂ ਨੇ ਤੂੰ ਵੀ 6:30 7:00 ਵਜੇ ਆਪਣੇ ਆਲਿਆਂ ਨੂੰ ਮੁਰ ਜਾ ਕੇ ਜਾ ਕੇ ਸੌਣਾ ਕਰ ਜੇ ਕੁਦਰਤ ਦੇ ਨਿਯਮ ਨੂੰ ਤੁਸੀਂ ਸਿਮਰਨ ਕਹਿਣਾ ਹੈ ਤੇ ਅਸਲ ਦੇ ਜਿਹਨੂੰ ਸਿਮਰਨ ਦਾ ਵੀ ਨਹੀਂ ਪਤਾ ਸਿਮਰਨ ਤੇ ਸਿਮਰਨ ਦਾ ਮਤਲਬ ਹੈ ਸਮਰਤੀ ਯਾਦ ਜਿਵੇਂ ਇਹ ਪੰਕਤੀ ਪੜ੍ਹੀ ਸੁਖਨੀ ਸਾਹਿਬ ਦੇ ਵਿੱਚੋਂ ਮਾਤ ਕਰਮ ਮੈਂ ਆਪਣਾ ਸਿਮਰਨ ਦੇ ਤਹਿਤ ਮੁਰਾਖਨ ਹਾਰੇ ਇੱਕ ਪੰਕਤੀ ਸੁਖਨੀ ਸਾਹਿਬ ਚ ਹੋਰ ਆਉਂਦੀ ਬੜੀ ਪਿਆਰੀ ਮਰੇ ਕੰਨ ਨਹੀਂ ਪ੍ਰਪਾਅ ਹੈ ਬਿਨ ਸਾਸਤੇ ਰੱਖੇ ਪ੍ਰਪਾਅ ਹੈ ਤਾਂ ਹਰਿ ਗੁਣ ਪਾਖਿਆ ਹਰਿ ਗੁਣਾ ਦੀ ਪਾਖਿਆ ਉਹ ਹੀ ਕਰ ਸਕਦਾ ਹੈ ਸ਼ਬਦ ਵਿਚਾਰ ਉਹ ਹੀ ਕਰ ਸਕਦਾ ਹੈ ਕਥਾ ਕਿਤਨ ਉਹ ਹੀ ਕਰ ਸਕਦਾ ਹੈ ਜਿਹਨੂੰ ਪ੍ਰਭੂ ਪਾਉਂਦਾ ਹੈ ਤੇ ਜੋ ਪ੍ਰਭੂ ਨੂੰ ਪਾਉਂਦਾ ਹੈ ਤੇ ਜਿਹਨੂੰ ਪ੍ਰਭੂ ਨਹੀਂ ਨਾ ਪਾਉਂਦਾ ਤੇ ਜਿਹੜਾ ਪ੍ਰਭੂ ਨੂੰ ਨਹੀਂ ਪਾਉਂਦਾ ਉਹ ਫਿਰ ਇਹੋ ਜੀਆਂ ਕਮਲੀਆਂ ਮਾਰਦਾ ਸਟੇਜ ਤੇ ਬੈ ਕੇ ਉਹ ਨਹੀਂ ਆਂਦਾ ਕਦੀ ਵੀ ਉਹ ਸ਼ਬਦ ਵਿਚਾਰ ਨਹੀਂ ਕਰਿਆ ਕਦੇ ਵੀ ਕਿਉਂਕਿ ਉਹਨੂੰ ਬਖਸ਼ਿਸ਼ ਹੀ ਨਹੀਂ ਹੋਈ ਸ਼ਬਦ ਵਿਚਾਰ ਦੀ ਕਦੇ ਵੀ ਜਿਵੇਂ ਅਸੀਂ ਅੱਗੇ ਆਖਿਆ ਸੀ ਨਾ ਵੀ ਜੇ ਤੇਰੇ ਚ ਵਾਕਿਆ ਹੈ ਤੇ ਕਿਤੇ ਕਥਾ ਕਰਕੇ ਦਿਖਾ ਬੰਗਲਾ ਸਾਹਿਬ ਤੋਂ ਜਾਂ ਕਿਤੇ ਮਨਜੀਤ ਸਾਹਿਬ ਤੋਂ ਨਿਰੋਲ ਸ਼ਬਦ ਦੀ ਇਹ ਗਿਆਨੀ ਸਿੰਘ ਸਾਹਿਬ ਜਕਤਾਰ ਸਿੰਘ ਬਾਰੇ ਇਹਨੇ ਜਿਹੜੀ ਬਕਵਾਸ ਹੀ ਕੀਤੀ ਹੈ ਦੇਖੋ ਇੱਕ ਹੁੰਦੀ ਹੈ ਸੂਕਰ ਬਿਰਤੀ ਇੱਕ ਹੁੰਦੀ ਹੈ ਸਿੰਘ ਬਿਰਤੀ ਕੁੱਤਾ ਜਿਹੜਾ ਨਾ ਕੁੱਤਾ ਉਹ ਕੁੱਤਾ ਮੇਸ਼ਾ ਛੋਟੀ ਨੂੰ ਪੈਂਦਾ ਹੈ ਤੇ ਜਿਹੜਾ ਸ਼ੇਰ ਉਹ ਬੰਦੂਕ ਨੂੰ ਨਹੀਂ ਪੈਂਦਾ ਉਹ ਸ਼ਿਕਾਰੀ ਨੂੰ ਪੈਂਦਾ ਜਿਹਨੇ ਬੰਦੂਕ ਫੜੀ ਹੋਈ ਹੁੰਦੀ ਹੈ ਸੋ ਇਹਨਾਂ ਦੀ ਬਿਰਤੀ ਵੀ ਸੂਕਰ ਵਾਲੀ ਕੁੱਤੇ ਵਾਲੀ ਹੈ ਇਹਨਾਂ ਨੂੰ ਲੱਗਦਾ ਹੈ ਕਿ ਗਿਵੇਂ ਸਿੰਘ ਸਾਹਿਬ ਨੂੰ ਜਾਂ ਰਾਗੀ ਸਿੰਘਾਂ ਨੂੰ ਜਾਂ ਗਨੀ ਜਗਤਾਰ ਸਿੰਘ ਨੂੰ ਬਾਦਲ ਅਪੋਇੰਟ ਕਰਦਾ ਹੈ ਪਰ ਜਦ ਜਿਹੜੇ ਗੁਰਮੁਖ ਦੇਖਦੇ ਨੇ ਉਹ ਦੇਖਦੇ ਨੇ ਕਿ ਗੁਰੂ ਰਾਮਦਾਸ ਦਾ ਦਰ ਹੈ ਤਾਂ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਤੋਂ ਬਗੈਰ ਉੱਥੇ ਪੱਤਾ ਨਹੀਂ ਹਿੱਲ ਸਕਦਾ ਤੇ ਉੱਥੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਸਿੰਘ ਸਾਹਿਬ ਨਹੀਂ ਲੱਗ ਸਕਦਾ ਅਗਰ ਸਿੰਘ ਸਾਹਿਬ ਗਨੀ ਜਗਤਾਰ ਸਿੰਘ ਉੱਥੇ ਨੇ ਤੇ ਉਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਬਖਸ਼ਿਸ਼ ਉਹਨਾਂ ਦੇਤੇ ਅਗਰ ਉਥੇ ਸਿੰਘ ਸਾਗੁਰੂ ਬਜਨ ਸਿੰਘ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਰਾਗੀ ਸਿੰਘ ਵੀ ਕਈ ਬੜੇ ਨਾਮੀ ਗ੍ਰਾਮੀ ਰਾਗੀ ਹੋਏ ਜਗਾਦਰੀ ਵਾਲੇ ਵਰਗੇ ਪਰ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਇੱਕ ਕੀਰਤਨ ਨਹੀਂ ਕਰ ਸਕਦੇ ਨਾਖਰੀ ਕੀਤਾ ਇਹਨਾਂ ਨੇ ਇਹ ਵੀ ਸਤਿਗੁਰੂ ਦਾ ਹੁਕਮ ਹੀ ਨਹੀਂ ਹੈ ਜਿੰਨੂੰ ਸਤਿਗੁਰੂ ਚਾਹੁੰਦਾ ਹੈ ਉਹਦੇ ਦਰ ਤੇ ਉਹ ਹੀ ਜਾਂਦਾ ਕਿਉਂਕਿ ਉਹ ਦਰ ਮੇਰੇ ਸਤਿਗੁਰੂ ਦਾ ਹੈ ਉਹ ਪੁਆਇੰਟ ਮੇਰੇ ਸਤਿਗੁਰੂ ਕਰਦਾ ਹੈ ਤੇ ਇਹ ਗੁਰੂ ਘਰ ਦਾ ਅਧਿਕਾਰ ਆ ਹੋਇਆ ਇਹ ਕਦੀ ਉਥੇ ਜਾ ਨਹੀਂ ਸਕਦਾ ਕਦੀ ਇਥੇ ਕੀਰਤਨ ਨਹੀਂ ਕਰ ਸਕਦਾ ਕਦੀ ਇਥੇ ਕਥਾ ਨਹੀਂ ਕਰ ਸਕਦਾ ਦੇਖੋ ਗੁਰਗੱਲ ਗੀਤ ਸਭ ਤੋਂ ਵੱਡਾ ਐਗਜ਼ੈਂਪਲ ਅਕਸਰ ਜਿਹੜੇ ਜਾਈਦਾ ਪ੍ਰੋਗਰਾਮਾਂ ਤੇ ਜਾਂ ਸੰਗਤਾਂ ਵਿੱਚ ਜਿਹੜਾ ਤੇ ਇੱਕ ਸਵਾਲ ਕੋਈ ਵੀਰ ਟੱਕਾਂ ਵਾਲੇ ਵੀ ਕਰ ਦਿੰਦੇ ਨੇ ਜਾਂ ਕਦੀ ਆਮ ਸਵਾਲ ਆ ਜਾਂਦਾ ਹੈ ਯੂਥ ਵੱਲੋਂ ਵੀ ਅੰਮ੍ਰਿਤ ਵੇਲਾ ਕੀ ਹੈ ਜਿਹੜੀ ਇਹਨਾਂ ਪੰਕਤੀ ਫੜੀ ਹੋਈ ਹੈ ਕਿ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਕਹਿੰਦੇ ਜੀ ਜਿਸ ਵਕਤ ਵੀ ਪ੍ਰਮਾਤਮਾ ਦੀ ਸਿਫਤੋ ਸਲਾਹਾ ਕੀਤੀ ਉਹ ਅੰਮ੍ਰਿਤ ਵੇਲਾ ਨਹੀਂ ਇਸ ਵਾਰ ਨਹੀਂ ਹੁੰਦਾ ਜੇ ਇਹ ਅਰਥ ਨੇ ਬਣਦੇ ਅੰਮ੍ਰਿਤ ਵੇਲੇ ਦੇ ਫਿਰ ਮਹਾਰਾਜ ਕਹਿੰਦੇ ਨੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਇਹਦਾ ਮਤਲਬ ਬਬੀਹਾ ਕਿਸ ਵੇਲੇ ਬੋਲਿਆ ਫਿਰ ਅੰਮ੍ਰਿਤ ਵੇਲਾ ਇੱਕ ਬੰਨਿਆ ਹੋਇਆ ਸਮਾਂ ਹੈ ਔਰ ਇਹ ਸਮੇਂ ਦਾ ਨਿਤਨ ਦੀ ਪਵੰਦਗੀ ਇਤਨੀ ਜ਼ਰੂਰੀ ਹੈ ਸਰਸਾ ਦਾ ਕੰਡਾ ਯਾਦ ਕਰਿਆ ਕਿ ਜਦੋਂ ਨਿਤਨ ਤੋਂ ਮਨ ਹਿਲੇ ਨਾ ਕਦੀ ਵੀ ਕਈ ਕਹਿੰਦੇ ਮੈਂ ਰਾਤ ਨੂੰ ਜੋਬ ਕਰਦਾ ਫਿਰ ਛੱਡ ਦੇ ਰਾਤ ਦੀ ਜੋਬ ਹੁਣ ਅਸੀਂ ਟਰੱਕ ਚਲਾਉਨੇ ਆਂ ਹੋਨ ਕੀ ਦਫਾ ਇਸ਼ਨਾਨ ਨੂੰ ਸਮਾਂ ਨਹੀਂ ਮਿਲਦਾ ਨਾ ਨੂੰ ਸਮਾਂ ਨਹੀਂ ਮਿਲਦਾ ਪਰ ਇਹਦਾ ਮਤਲਬ ਇਹ ਨਹੀਂ ਵੀ ਨਿਤ੍ਰੇਮ ਵੀ ਛੱਡ ਦੇਣਾ ਜਿਵੇਂ ਜਨਨ ਸਿੰਘ ਸਾਡੇ ਘੋੜਿਆਂ ਤੇ ਹੁੰਦੇ ਸੀਗੇ ਜਿੱਥੇ ਵੀ ਨਿਤ੍ਰੇਮ ਸ਼ੁਰੂ ਕਰ ਲੋ ਹੁਣ ਇਹ ਨਿਤ੍ਰੇਮ ਦੀ ਗੱਲ ਹੈ ਸਾਨੂੰ ਤੇ ਇਹ ਪੜਾਇਆ ਗਿਆ ਕਿ ਨਿਤ੍ਰੇਮ ਕਰਕੇ ਸੋਣਾ ਹੈ ਉੱਠਣ ਦਾ ਕੀ ਤਾਂ ਉੱਠਣਾ ਕਿ ਨਿਤ੍ਰੇਮ ਸਵਰੇ ਨਿਤ੍ਰੇਮ ਕਰਕੇ ਸੋਵੋ ਜੇ ਉੱਠ ਕੇ ਤੇ ਇੱਕ ਸ਼ੁਕਰਾਨੇ ਚ ਫੇਰ ਕਰ ਦੋ ਕੋਈ ਸਾਾਸ ਦਾ ਭਰੋਸਾ ਥੋੜੀ ਵੀ ਸੁੱਤੇ ਤੇ ਮੁੜ ਕੇ ਉੱਠੇ ਕਿ ਨਹੀਂ ਉੱਠੇ ਗਰੰਟੀ ਕੀ ਉਠਣ ਦੀ ਇੱਕ ਸਾਧਾ ਭਰੋਸਾ ਨਹੀਂ ਕਰਨਾ ਇੱਕ ਸਾਧਾ ਵੀ ਗੁਰ ਜਿਹੜਾ ਸਾਨੂੰ ਪੰਜਾਂ ਪਹਿਰੇ ਦਿੱਤਾ ਹੈ ਨਾ ਨੇਤਰਮ ਇਹ ਬਹੁਤ ਲਿਮਟਿਡ ਹੈ ਬਹੁਤ ਥੋੜਾ ਘੱਟੋ ਘੱਟ ਘੱਟੋ ਘੱਟ ਇਹਨਾਂ ਤੇ ਕਰਨਾ ਕਿਹੜੇ ਵੇਲੇ ਕਰਨਾ ਹੈ ਜਿਹੜਾ ਵੇਲਾ ਮੁਕਰਰ ਹੈ ਅੰਮ੍ਰਿਤ ਵੇਲਾ ਜੇ ਸਾਡਾ 12:30 ਸ਼ੁਰੂ ਹੋ ਜਾਂਦਾ ਕੋਈ 1 ਵਜੇ ਬੈਠਦਾ ਕੋਈ 2 ਵਜੇ ਬੈਠਦਾ ਕੋਈ 3 ਵਜੇ ਬੈਠਦਾ ਡਿਪੈਂਡ ਸੂਰਜ ਡੁੱਬ ਚੁੱਕਾ ਹੈ ਰਾਤ ਆਪਣੀ ਪੂਰੀ ਸਿਆਹੀ ਫੈਲਾ ਚੁੱਕੀ ਹੈ ਕਾਇਨਾਤ ਪੂਰੀ ਸ਼ਾਂਤ ਹੈ ਹੁਣੇ ਅੰਮ੍ਰਿਤ ਵੇਲਾ ਹੈ ਜੋ ਹੁਣ ਤੁਸੀਂ ਨਿਤ੍ਰਿਮ ਕਰਨਾ ਹੈ ਉਹਦਾ ਆਨੰਦ ਸਵੇਰੇ ਨਹੀਂ ਹੋਣਾ ਕਾਰਨ ਕੀ ਹੈ ਇੱਕ ਤੇ ਉੱਡਦੇ ਤੁਹਾਨੂੰ ਜੌਬ ਦੀ ਟੈਨਸ਼ਨ ਹੋਏਗੀ ਬੱਚੇ ਨੇ ਸਕੂਲ ਜਾਣਾ ਹੈ ਇਹ ਹੋਰ ਦਿਮਾਗ ਚੱਲ ਪੈਂਦਾ ਮੈਂ ਇਹ ਵੀ ਕਰਨਾ ਹੈ ਇਹ ਵੀ ਕਰਨਾ ਹੈ ਉੱਚ ਆਨੰਦ ਨਹੀਂ ਹੈ ਫਿਰ ਕਹਿੰਦੇ ਨਿਤ੍ਰਿਮ ਚੋ ਆਨੰਦ ਨਿਤ੍ਰਿਮ ਚੋ ਆਨੰਦ ਆਉਣਾ ਆਣਾ ਕਦੋਂ ਹੈ ਦੇਖੋ ਸਰਸੇ ਦੇ ਕੰਡੇ ਦੇ ਉੱਤੇ ਕਲਗੀ ਧਰਪੀ ਦਾ ਪਹੁੰਚੇ ਹੋਏ ਨੇ ਪਿੱਛੋਂ ਪਤਾ ਲੱਗਾ ਫੌਜਾਂ ਚੜ ਕੇ ਆਈ ਨੇ ਬਾਬਾ ਅਜੀਸੂ ਉਹਨਾਂ ਨੂੰ ਪੰਜਾਹ ਸਿੰਘ ਨਾਲ ਦੇ ਕੇ ਪਛਾਹ ਭੇਜਿਆ ਵੀ ਤੁਸੀਂ ਰੋਕੋ ਕਿਉਂ ਕਿ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਤੇ ਆਸਾ ਜੀ ਕੀ ਵਾਰ ਦਾ ਕੀਰਤਨ ਦਾ ਸਮਾਂ ਹੋ ਗਿਆ ਹੈ ਗੁਰੂ ਕਲਗੀ ਧਰਪੀ ਦਾ ਚਾਹੁੰਦੇ ਤੇ ਸਰਸਾ ਟਾਪ ਕੇ ਵੀ ਆਸਾ ਕੀ ਵਾਰ ਕਰ ਸਕਦੇ ਸੀ ਉਹ ਪੰਜਾਹ ਸਿੰਘ ਬਚ ਸਕਦੇ ਸੀ ਪਰ ਇੰਨਾ ਵੱਡਾ ਗੋਦਾ ਕਿ ਸਿਰਫ ਇਸ ਖਰ ਕੇ ਮਾਰੇ ਨੇ ਸਾਨੂੰ ਸਮਝਾਇਆ ਕਿ ਸਿੱਖਾ ਤੇਰੇ ਜੀਵਨ ਕਾਲ ਦੇ ਵਿੱਚ ਬਹੁਤ ਉਤਾਰ ਚੜਾ ਆਉਣੇ ਨੇ ਪਰ ਸਭ ਤੋਂ ਔਖਾ ਸਮਾਂ ਮੌਤ ਦਾ ਹੁੰਦਾ ਜਦ ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ ਹੋਵੇ ਜੇ ਉਸ ਵਕਤ ਵੀ ਨੈਤ੍ਰਿ ਨਾ ਛੁੱਟਿਆ ਤੇ ਤੂੰ ਮਾਰੀ ਦੀ ਦਿੱਕਤ ਅਰੇ ਤੇਰਾ ਨੈਤ੍ਰਿ ਕਿਵੇਂ ਟੁੱਟ ਜਾਂਦਾ ਮੌਤ ਦੀ ਘੜੀ ਵੀ ਸਿਰ ਤੇ ਹੋਵੇ ਤਾਂ ਵੀ ਨੈਤ੍ਰਿ ਨਹੀਂ ਛੁੱਟਣਾ ਚਾਹੀਦਾ ਮੌਲ ਦੀ ਤਲਵਾਰ ਸਿੱਟੇ ਹੋਏ ਤਾਂ ਵੀ ਨਿਤਰੇਮ ਨਹੀਂ ਛੁੱਟਣਾ ਚਾਹੀਦਾ ਜਿਹੜਾ ਬਾਬਾ ਨੋਕਸਿਨ ਬੱਬਰ ਸੀ ਨਾ ਜਦੋਂ ਪੁੱਸ ਨੇ ਬਹੁਤ ਸੁਣਿਆ ਮਾਰਿਆ ਤੋੜਿਆ ਉਂਗਲਾ ਮੰਗਲਾ ਭੰਨੀ ਅੱਖਾਂ 'ਚ ਸਰੀਏ ਮਾਰੇ ਉਹਨਾਂ ਦੇ ਅੱਖਾਂ ਤੱਕ ਅੰਨੀਆਂ ਕਰਤੀਆਂ ਹੱਡੀਆਂ ਤੋੜਤੀਆਂ ਤੇ ਹੋਸ਼ ਆਈ ਤੇ ਉਹਨਾਂ ਆਵਾਜ਼ ਮਾਰੀ ਵੀ ਲਾਗੇ ਕੋਈ ਹੈ ਕਹਿੰਦੇ ਸੰਤਰੀ ਜਿਹੜਾ ਸਪਾਈ ਸੀ ਕਹਿੰਦਾ ਮੈਂ ਹਾਂ ਕਹਿੰਦਾ ਸਮਾਂ ਕੀ ਹੋਇਆ ਉਹ ਕਹਿੰਦਾ ਜੀ ਕੋਈ ਸ਼ਾਮ ਦਾ ਸਮਾਂ ਹੈ ਕਹਿੰਦੇ ਲੱਗ ਸਿੱਧਾ ਕਰਾਇ ਸਿੰਗਾ ਮੈਂ ਨਿਤਰੇਮ ਕਰ ਲਾਂ ਸਮਾਂ ਹੋ ਗਿਆ ਮਤਲਬ ਲੱਕ ਟੁੱਟਿਆ ਹੱਡੀਆਂ ਟੁੱਟੀਆਂ ਨੇ ਅੱਖਾਂ 'ਚ ਸਰੀਏ ਮਾਰ ਕੇ ਅੰਨੇ ਕੀਤੇ ਹੋਏ ਨੇ ਤਾਂ ਵੀ ਨਿਤ੍ਰੇਮ ਦਾ ਸਮਾਨ ਨਹੀਂ ਖੁਜਾਇਆ ਐਨਾ ਜ਼ਰੂਰੀ ਹੈ ساری ਦੁਨੀਆ ਦੇ ਵਿੱਚ ਅੰਮ੍ਰਿਤ ਵੇਲੇ ਨੂੰ ਬਹੁਤ ਹੀ ਵੱਡਾ ਮੰਨਿਆ ਗਿਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਤਾਂ ਜਾ ਕੇ ਮੇਘੇ ਨੂੰ ਫਰਮਾਨ ਹੁੰਦਾ ਹੈ ਇਹ ਨਹੀਂ ਵੀ 7 ਵਜੇ ਉੱਠੇ ਤੇ ਨਿਤਰੇਮ ਕਰ ਲਿਆ ਤੇ 8 ਵਜੇ ਉੱਠੇ ਤੇ ਨਿਤਰੇਮ ਕਰ ਲਿਆ ਜਿਸ ਸਤਗੁਰੂ ਬਾਣੀ ਚਲੀ ਠੀਕ ਹੈ ਉਹ ਵੀ ਅੰਮ੍ਰਿਤ ਵੇਲਾ ਪਰ ਉਹ ਅੰਮ੍ਰਿਤ ਵੇਲਾ ਉਹ ਨਹੀਂ ਹੈ ਜਿਹੜੀ ਸਤਗੁਰ ਨੇ ਗੱਲ ਕੀਤੀ ਹੈ ਰਾਤ ਸੌਣ ਵਾਸਤੇ ਮਨਮੁਖਾਂ ਦੀ ਹੈ ਥੋੜਾ ਖਾਣਾ ਥੋੜਾ ਸੌਣਾ ਜਿਵੇਂ ਕਹਿੰਦਾ ਨਾ ਸੁਣਨ ਦੀ ਗੱਲ ਚੱਲਦੀ ਵੀ ਸੀਗੀ ਮਾਤ ਗਰਮ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਕਹਿੰਦਾ ਉਥੇ ਬੱਚੇ ਨੂੰ ਕਿਹੜੀ ਜ਼ੁਬਾਨ ਲੱਗੀ ਹੋਈ ਹੈ ਬੱਚਾ ਕਿਵੇਂ ਵਾਗਰੂ ਵਾਗਰੂ ਕਹੇਗਾ ਜਾਂ ਮੁਸਲਮਾਨ ਦਾ ਬੱਚਾ ਅੱਲਾ ਅੱਲਾ ਕਹੇਗਾ ਜਾਂ ਹਿੰਦੂ ਦਾ ਬੱਚਾ ਆਰਾਮ ਆਰਾਮ ਕਹੇਗਾ ਉਹ ਤੇ ਕੁਦਰਤ ਨੂੰ ਪਾਲਦਾ ਹੈ ਨਹੀਂ ਸਿਮਰਨ ਲਫ਼ਜ਼ ਆਇਆ ਸਿਮਰਤੀ ਤੋਂ ਸਿਮਰਤੀ ਯਾਦ ਮਾਤਾ ਦੇ ਗਰਭ ਦੇ ਵਿੱਚ ਉਹ ਕਿਵੇਂ ਪ੍ਰਤਪਾਲਨਾ ਕਰਦਾ ਬੱਚੇ ਦੀ ਉਹਨੂੰ ਯਾਦ ਰਹਿੰਦੀ ਆਪਣੇ ਮੂਲ ਦੀ ਉਹ ਯਾਦ ਵਿੱਚ ਜੁੜਿਆ ਰਹਿੰਦਾ ਆਪਣੇ ਬ੍ਰਹਮ ਦੀ ਕਿਉਂਕਿ ਉੱਥੇ ਮਨ ਤੋਂ ਪਹਿਲਾਂ ਮਨ ਬੰਦਦਾ ਹੈ 10 ਮਹੀਨੇ ਇੱਕ ਬੱਚਾ ਗਰਭ ਦੇ ਵਿੱਚ ਰਹਿੰਦਾ ਹੈ ਸੰਸਾਰ ਨੇ 9 ਮਹੀਨੇ ਪੜਿਆ ਹੋਇਆ ਹੈ ਜਦ 10 ਮਾਸ ਉਰਦ ਮੁਖ ਰਹਤੇ 100 ਦਿਨ ਕਿਵੇਂ ਭੁੱਲਿਆ ਕਿਉਂਕਿ ਸੰਸਾਰ ਸਰੀਰ ਨੂੰ ਮੰਨਦਾ ਗੁਰਬਾਣੀ ਜੋਤ ਨੂੰ ਮੰਨਦੀ ਪਹਿਲਾਂ ਜੋਤ ਪ੍ਰਵੇਸ਼ ਕਰਦੀ 10ਵੇਂ ਮਹੀਨੇ ਬੱਚਾ ਜਿਹੜਾ ਜਦ ਗਰਭ ਦੇ ਵਿੱਚ ਰਹਿੰਦਾ ਹੈ ਨਾ ਤੇ ਬੱਚਾ ਸਾਹ ਨਹੀਂ ਲੈਂਦਾ ਕਿਉਂ ਕਿਉਂਕਿ ਉਹ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਆਪਣੇ ਅਸਲੇ ਨਾਲ ਜੁੜਿਆ ਹੋਇਆ ਉਹਨੂੰ ਯਾਦ ਹੈ ਆਪਣੇ ਪਰਮੇਸ਼ਰ ਦੀ ਉਹਨੂੰ ਯਾਦ ਹੈ ਆਪਣੇ ਬ੍ਰਹਮ ਦੀ ਉਹ ਆਪਣੀ ਮਸਤੀ ਦੇ ਵਿੱਚ ਤਾਂ ਹੀ ਜਦੋਂ ਮਨ ਨੇ ਲੇਵਿਸ਼ ਛੁੜਕੀ ਲੱਗੀ ਤ੍ਰਿਸ਼ਨਾ ਜਦੋਂ ਨੜੂਆ ਕੱਟਿਆ ਨਾ ਤਾਂ ਤ੍ਰਿਸ਼ਨਾ ਲੱਗੀ ਤਾਂ ਮਾਇਆ ਅਮਰ ਵਰਤਾਇਆ ਮਾਇਆ ਨੇ ਆਪਣਾ ਜਿਹੜਾ ਇਹ ਚਮਤਕਾਰ ਉਹਦੋਂ ਵਰਤਾਇਆ ਕਿ ਜਿਹੜਾ ਮਨ ਹੈ ਆਪਣੇ ਮੂਲ ਤੋਂ ਟੁੱਟ ਕੇ ਸਰੀਰ 'ਚ ਸਮਾ ਗਿਆ ਫਿਰ ਹੁਣ ਜਦ ਸਰੀਰ 'ਚ ਸਮਾਇਆ ਹੈ ਉੱਥੇ ਇਹਨੂੰ ਸਰੀਰ ਕਰਕੇ ਸਾਹ ਲੈਣਾ ਪੈਣਾ ਹੈ ਸਰੀਰ ਕਰਕੇ ਭੁੱਖ ਲੱਗਣੀ ਹੈ ਸਰੀਰ ਕਰਕੇ ਇਹਨੂੰ ਖਾਣਾ ਪੈਣਾ ਹੈ ਜਦ ਗਰਭ 'ਚ ਹੁੰਦਾ ਹੈ ਸਰੀਰ ਨਾਲ ਨਹੀਂ ਜੁੜਿਆ ਹੁੰਦਾ ਇਹ ਆਪਣੇ ਮੂਲ ਨਾਲ ਜੁੜਿਆ ਹੁੰਦਾ ਹੈ ਆਪਣੇ ਬ੍ਰਹਮ ਨਾਲ ਜੁੜਿਆ ਹੁੰਦਾ ਹੈ ਆਪਣੇ ਰਾਮ ਨਾਲ ਜੁੜਿਆ ਹੁੰਦਾ ਹੈ ਉਥੇ ਸਾਹ ਦੀ ਲੋੜ ਨਹੀਂ ਪੈਂਦੀ ਤਾਂ ਹੀ ਜਦ ਇਹ ਇਸ ਸਰੀਰ ਦੇ ਵਿੱਚ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਨਾ ਫਿਰ ਹੁੰਦਾ ਕੀ ਹੈ ਫਿਰ ਭਾਵੇਂ ਸੀਸ ਤਲੀ ਤੇ ਧਰਿਆ ਜਾਵੇ ਤਾਂ ਵੀ ਬੰਦਾ ਤੁਰਦਾ ਹੈ ਬਾਬਾ ਦੀਪ ਸਿੰਘ ਵਾਂਗ ਬੰਦ-ਬੰਦ ਕੱਟੇ ਜਾਵੇ ਸੁਖਨੀ ਸਾਹਿਬ ਦਾ ਪਾਠ ਚੱਲਦਾ ਕਿਉਂਕਿ ਸਰੀਰ ਨਾਲ ਜੁੜਿਆ ਨਹੀਂ ਹੋਇਆ ਜੁੜਿਆ ਆਪਣੇ ਮੂਲ ਦੇ ਨਾਲ ਹੈ ਸਰੀਰ ਸਿਰਫ ਸਾਹ ਸਾਹ ਲੈਣ ਦਾ ਅਸਰ ਰੱਖਿਆ ਹੋਇਆ ਹੈ ਨੇ ਸਰੀਰ ਦਾ ਕੰਮ ਇੰਨਾ ਕੀ ਹੈ ਕਿ ਇਹਨੇ ਵਾਪਸ ਇੱਕ ਕਰਨਾ ਹੈ ਇਹਨੂੰ ਬਸ ਸ਼ੀਰ ਦਾ ਤਾਂ ਜ਼ਿਆਦਾ ਕੋਈ ਕੰਮ ਨਹੀਂ ਜਿਵੇਂ 베ੜੀ ਹੈ ਪੱਲੇ ਪੱਲੇ ਗਈ ਉਤਰ ਗਈ ਹੁਣ 베ੜੀ ਚ ਬੈਠੇ ਰੋਪਾਂ 베ੜੀ ਚ ਉਤਰ ਜੋ ਤਾਂ ਹੀ ਗੁਰਮੁਖ ਆਵੇ ਜਾਹੇ ਨੇ ਸੰਗ ਉਹਨੂੰ ਫਰਕ ਨਹੀਂ ਪੈਂਦਾ ਹੁਣ ਗਰਭ ਦੇ ਵਿੱਚ ਬੱਚਾ ਸਿਮਰਨ ਦੇ ਵਿੱਚ ਹੈ ਯਾਦ ਵਿੱਚ ਹੈ ਹੁਣ ਅਪ ਅਕਸਰ ਅਨੰਦ ਸਾਹਿਬ ਪੜਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਹੁਣ ਆਨੰਦ ਦੀ ਗੱਲ ਤਾਂ ਅਪ ਸਾਰੇ ਕਰਦੇ ਆ ਪਰ ਦੇਖੋ ਆਨੰਦ ਕਿੱਥੇ ਹੈ ਆਨੰਦ ਕੋਈ ਸ਼ਰਾਬ ਚਲਾਵਦਾ ਹੈ ਉਹ ਵੀ ਆਨੰਦ ਦੀ ਭਾਲ ਕਰਦਾ ਹੈ ਟੈਨਸ਼ਨ ਪਰੇਸ਼ਾਨੀ ਹੈ ਕੋਈ ਨਸ਼ੇ ਕਰਦਾ ਹੈ ਕੋਈ ਕਲਬਾਂ ਨੂੰ ਜਾਂਦਾ ਹੈ ਕੋਈ ਬਾਣੀ ਪੜਦਾ ਹੈ ਕੋਈ ਕੀਰਤਨ ਕਰਦਾ ਹੈ ਕੋਈ ਕਥਾ ਸੁਣਦਾ ਹੈ ਕੋਈ ਢਾਡੀ ਵਾਰਾਂ ਸੁਣਦਾ ਹੈ ਉਹ ਆਨੰਦ ਦੀ ਭਾਲ ਕਰਦਾ ਹੈ ਪਰ ਸਤਿਗੁਰੂ ਕਹਿੰਦੇ ਇਹ ਆਨੰਦ ਇਹ ਨਹੀਂ ਹੈ ਆਨੰਦ ਗੁਰੂ ਤੇ ਜਾਣੇ ਗੁਰੂ ਦੱਸੇਗਾ ਆਨੰਦ ਆਨੰਦ ਕਿੱਥੇ ਸੀ ਜਿਵੇਂ ਤੁਸੀਂ ਕਿਸੇ ਵੱਡੇ ਸ਼ਹਿਰੀਆ ਕਿਤੇ ਵੀ ਦੂਰ ਦਰਾਡੇ ਜਾਂਦੇ ਆਪਾਂ ਉੱਥੇ ਕੋਈ ਅੱਛੀ ਚੀਜ਼ ਖਾਣੇ ਆ ਕੋਈ ਮਠਾਈ ਖਾਣੇ ਆ 10 ਸਾਲਾਂ ਤੱਕ ਭਾਵੇਂ ਤੁਹਾਨੂੰ ਇਹ ਯਾਦ ਭੁੱਲ ਜੇ ਕਿ ਮਠਾਈ ਕਿੱਥੋਂ ਖਾਦੀ ਸੀ ਪਰ ਉਹਦਾ ਕੋਈ ਟੇਸ ਨਹੀਂ ਭੁੱਲਦਾ ਕਿ ਮਠਾਈ ਕਹੋ ਜੀ ਸੀ ਹਮੇਸ਼ਾ ਨਵੀਂ ਇਸ ਸ਼ਹਿਰ ਚ ਮ ਆਇਆ ਸੀ ਯਾਰ ਬੜੀ ਕਮਾਲ ਦੀ ਚੀਜ਼ ਖਾਦੀ ਸੀ ਬੜੀ ਮੈਂ ਇੱਕ ਆਲਾ ਚੀਜ਼ ਖਾਦੀ ਸੀ ਉਹਦਾ ਸਵਾਦ ਮੇਰੀ ਜ਼ੁਬਾਨ ਤੇ ਹੈ ਜਿਹੜਾ 10 ਮਹੀਨੇ ਇਹਨੇ ਗਰਭ ਵਿੱਚ ਆਨੰਦ ਮਾਣਿਆ ਨਾ ਉਹ ਆਨੰਦ ਇਹਦੇ ਅੰਤਿਆ ਕਰਨ ਦੇ ਵਿੱਚ ਉਸ ਆਨੰਦ ਦੀ ਭਾਜ ਚ ਭਟਕਦਾ ਹੈ ਇਹਦੀ ਭਟਕਣਾ ਨਹੀਂ ਗਲਤ ਇਹਦੇ ਕਾਰਿ ਗਲਤ ਨੇ ਤਾਹੀਂ ਕੋਈ ਸਿਮਰਨ ਕਰਦਾ ਹੈ ਕੋਈ ਮਾਲਾ ਫੇਰਦਾ ਹੈ ਕੋਈ ਝਾੜੂ ਫੇਰਦਾ ਹੈ ਕੋਈ ਬਰਤਨ ਮਾਂਜਦਾ ਹੈ ਕੋਈ ਝਾੜੂ ਮਾਰਦਾ ਹੈ ਕਬੀਰ ਸਾਹਿਬ ਤੇ ਇਥੋਂ ਤਾਂ ਕਹਿੰਦੇ ਨੇ ਕਿ ਗਿਆਨ ਹੈ ਕਾਰਨ ਕਰਮ ਅਭਿਆਸ ਵੀ ਇਹ ਜਿਹੜਾ ਕਰਮ ਵਿਹਾਸ ਹੈ ਉੱਠਣਾ ਬੈਠਣਾ ਸਿਮਰਨ ਕਰਨਾ ਇਹਦੀ ਇੱਕ ਵਸ ਹੈ ਵੀ ਯਾਨੀ ਕਿ ਇਹ ਵੀ ਛੁੱਟ ਜਾਣਾ ਹੈ ਫਿਰ ਚੱਲਦੇ ਫਿਰਦੇ ਸਿਮਰਨ ਚਲੀ ਜਾਣਾ ਫਿਰ ਨਹੀਂ ਫਿਰ ਫਰਕ ਨਹੀਂ ਪੈਂਦਾ ਇਕ ਜੋ ਇਕਾ ਮਿਲੀ ਕੰਬਾ ਹੋਏ ਮੋਏ ਫਿਰ ਸ਼ੀ ਭਾਵੇਂ ਹੋਏ ਭਾਵੇਂ ਨਾ ਹੋਏ ਸਿਮਰਨ ਚੱਲਦਾ ਰਹਿੰਦਾ ਹੈ ਨੇਤਰਿਮ ਚੱਲਦਾ ਰਹਿੰਦਾ ਇਹ ਸਮਾਂ ਅਭਿਆਸ ਨਾਲ ਕੇ ਜਾ ਕੇ ਹੁੰਦਾ ਹੈ ਗਿਆਨੇ ਕਰਨ ਕਰਮ ਅਭਿਆਸ ਸਾਰੇ ਜਿਹੜੇ ਕਰਮ ਅਭਿਆਸ ਕਰਦੇ ਗਿਆਨ ਕਰਕੇ ਗਿਆਨ ਦਾ ਉਸ ਆਨੰਦ ਦਾ ਵੀ ਉਹ ਆਨੰਦ ਆਇਆ ਕਦੋਂ ਸੀ ਗਿਆਨ ਕਰਮੇ ਨਾਲ ਚਿਰ ਇੱਕ ਵਾਰ ਉਸ ਆਨੰਦ ਨਾਲ ਜੁੜ ਗਏ ਜਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਸੀ ਉਸ ਅਵਸਥਾ ਦੇ ਵਿੱਚ ਟਿਕੇ ਹੋਣ ਦਾ ਜਿਹੜਾ ਆਨੰਦ ਹੈ ਉਹ ਆਨੰਦ ਦਾ ਜਿਹੜਾ ਅਭਾਸ ਹੋ ਗਿਆ ਨਾ ਜਦ ਉਹਦੇ ਨਾਲ ਭੇਟਣਾ ਹੋ ਗਈ ਜਦ ਉਹ ਆਨੰਦ ਮਿਲ ਗਿਆ ਤੇ ਫਿਰ ਸਾਰੇ ਇਹ ਛੁੱਟ ਜਾਂਦੇ ਨੇ ਗੱਲ ਇਹ ਸੀ ਉਸ ਪੰਕਤੀ ਦੀ ਸਿਮਰਨ ਦੀ ਹੁਣ ਇਹ ਢੋਲਕੀਆਂ ਛਾਣੇ ਪੁੱਟਣ ਵਾਲਿਆਂ ਨੂੰ ਕੀ ਬਤਾਇਨਾ ਚਾਹੀਦਾ ਕੱਚੀਆਂ ਧਾਰਨਾਵਾਂ ਗਾਣੀਆਂ ਜਿਵੇਂ ਅੱਗੇ ਹੁਕਮ ਲਿਆ ਸੀ ਗੁਰੂ ਸਾਹਿਬ ਦਾ ਮਹਾਰਾਜ ਕਹਿੰਦੇ ਨਾ ਵੀ ਅਵਰ ਉਪਦੇਸ ਆਪ ਨਾ ਕਰ ਹੈ ਅਵਤ ਜਾਵਤ ਜਨਮ ਹੈ ਮਰੇ ਹੁਣ ਗੱਲ ਕਰਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਮਰਿਆਦਾ ਤੇ ਇਹ ਤਾਰ ਲੰਗਾ ਨੂੰ ਕਹਿੰਦੇ ਨਹੀਂ ਆ ਉਹਦੇ ਢੋਲ ਕੀ ਚਮਕਟਣ ਨੂੰ ਕਹਿੰਦੇ ਨਹੀਂ ਆ ਉਹਦੇ ਕਹਿੰਦੇ ਇੱਕ ਅਗੀ ਜਤਾ ਹੋਵੇ ਤਿੰਨ ਸਿੰਘਾਂ ਦਾ ਹੋਵੇ ਕਥਾ ਵਚ ਹੋਵੇ ਤੇ ਕੱਲਾ ਹੋਵੇ ਜਾਂ ਟਕਸਾਲ ਦੀਆਂ ਸੰਪਦਾਵਾਂ ਦਾ ਵੀ ਦੋ ਹੋਣ ਇੱਕ ਪਾਠ ਪੜੇ ਦੂਜਾ ਉਹਦੀ ਕਥਾ ਕਰੇ ਆ ਇਹਨਾਂ ਤਾਮ ਝਾਮ ਲੋਲ ਅਸ਼ਕਰ ਲੈ ਕੇ ਤੇ ਜਾਣ ਨੂੰ ਤੇ ਨਹੀਂ ਕਹਿੰਦੇ ਨਾ ਨਾ ਇਹ ਉਹ ਮੰਨਦਾ ਨਾ ਇਹ ਅੰਮ੍ਰਿਤ ਵੇਲਾ ਮੰਨਦਾ ਹੈ ਮੰਨਦਾ ਕੀ ਹੈ ਅਸਲ ਦੇ ਵਿੱਚ ਜਿਸ ਨੂੰ ਆਪ ਸੁਹਾਏ ਕਰਦਾ ਖੁਸ ਲਈ ਚੰਗਿਆਈ ਸਤਗੁਰੂ ਡਾਂਗ ਨਹੀਂ ਮਾਰਦਾ ਮਤ ਮਾਰ ਦਿੰਦਾ ਜਿਹਨੂੰ ਮਾਰਨਾ ਹੁੰਦਾ ਇਹਦੀ ਮਤ ਵੱਜ ਗਈ ਕਿੱਥੇ ਅਮਰੀਕਾ ਦੇ ਵਿੱਚ ਆਉਣਾ ਦੇ ਲੰਬੇ ਲੰਬੇ ਲੈਣਾ ਲੱਗਣੇ ਲੋਕਾਂ ਨੇ ਸੁਣਨਾ ਤੇ ਅੱਜ ਕੋਈ ਸੁਣ ਨਹੀਂ ਆਇਆ ਜਿਹੜੇ ਗੁਰੂ ਘਰ ਗਿਆ ਸੀ ਥੋੜੀ ਜੀ ਸੰਦਾ ਜਿਹੜੀ ਨਾਰਮਲ ਉੱਥੇ ਦੀ ਹੁੰਦੀ ਹੈ ਸੋ ਇਹ ਫ੍ਰਸਟ੍ਰੇਸ਼ਨ ਦੇ ਵਿੱਚ ਆ ਕੇ ਦਾ ਦਿਮਾਗ ਹਿੱਲ ਗਿਆ ਇਹਨੇ ਮੱਥਾ ਗੁਰੂ ਘਰ ਨਾਲ ਲਾ ਲਿਆ ਤੇ ਹੁਣ ਗੁਰੂ ਘਰ ਨਾਲ ਮੱਥਾ ਲੱਗਾ ਤੇ ਗੁਰੂ ਸਾਹਿਬ ਤੇ ਫਿਰ ਇਹ ਤੇ ਕਈ ਰਾਜੇ ਆਏ ਕਈ ਕਈ ਗਏ ਬੜੇ ਬੜੇ ਦੋਖੀ ਆਏ ਬੜੇ ਬੜੇ ਦੋਖੀ ਗਏ ਰਹਿ ਜਾਂ ਤੇ ਕੋਈ ਵੀ ਨਹੀਂ ਹੈ ਤੇ ਇਹ ਕਿਵੇਂ ਰਹੇਗਾ ਸੋ ਜਿਹੜੇ ਗੁਰੂ ਕੇ ਪਿਆਰੇ ਨ ਹੋ ਜAVE ਅਮਰਤ ਵਾਲੇ ਉੜਦੇ ਨੇ ਜੋ ਜਗੰਦ ਦੇ ਨੇ ਧੂਪ ਬੱਤੀ ਕਰਦੇ ਨੇ ਫਿਰ ਆਪਣਾ ਸਿਮਰਨ ਕਰਦੇ ਨੇ ਕੇ ਅਸ਼ੀਸ਼ਣ ਕਰਕੇ ਇਸ਼ਨਾਨ ਕਰਕੇ ਆਪਣਾ ਪਾਰ ਪੂਜਾ ਕਰਦੇ ਨੇ ਆਪਣਾ ਤੇ ਇਹ ਜਿਹੜੇ ਕੁਦਰਤ ਨੂੰ ਮੰਨਣ ਵਾਲੇ ਨੇ ਇੱਕਦਮ ਕੁਦਰਤ ਨੂੰ ਫੋਲੋ ਕਰੋ ਕੁਦਰਤ ਤੇ ਖੜਦੀ ਪਈਏ ਕੁਦਰਤ ਨੂੰ ਜਰਾ ਰੋਗ ਹੈ ਕੁਦਰਤ ਨੇ ਤੇ ਗਰਕ ਜਾਣਾ ਹੈ ਇਹ ਇਹ ਜਿਹੜੇ ਕੁਦਰਤ ਨੂੰ ਫਾਲੋ ਕਰਨ ਵਾਲੇ ਉਹ ਵੀ ਗਰ ਕਰਨਗੇ ਕੁਦਰਤ ਨੂੰ ਫਾਲੋ ਨਹੀਂ ਕਰਨਾ ਕਾਦਰ ਨੂੰ ਫਾਲੋ ਕਰਨਾ ਹੈ ਕਾਦਰ ਕੀ ਕਹਿੰਦਾ ਹੈ ਅਸੀਂ ਕਾਦਰ ਦੇ ਮਗਰ ਚੱਲਣਾ ਕੁਦਰਤ ਦੇ ਮਗਰ ਨਹੀਂ ਚੱਲਣਾ ਕੁਦਰਤ ਪੋਲਿਊਟਿਡ ਹੋ ਰਹੀ ਹੈ ਕੁਦਰਤੇ ਗਰ ਕਰੀਏ ਇਹ ਧਰਤੀ ਵੀ ਗਰ ਕੇ ਜਾਣੀ ਹੈ ਇਹ ਕਾਇਨਾਤ ਵੀ ਗਰ ਕੇ ਜਾਣੀ ਹੈ ਹੁਕਮ ਨੇਮ ਨਹੀਂ ਰਹਿਣਾ ਅਸੀਂ ਹੁਕਮ ਦੇ ਜ਼ਰੀਏ ਹਾਕਮ ਦੇ ਨਾਲ ਜੁੜਨਾ ਹੈ ਅਸੀਂ ਕਾਦਰ ਨਾਲ ਜੁੜਨਾ ਹੈ ਸੋ ਇੰਨਾ ਕਿ ਤੇ ਗਿਆਨ ਐ ਇਸ ਵਿਚਾਰ ਦਾ ਫਿਰ ਕਹਿੰਦਾ ਮੇਰੀ ਵੀਡੀਓ ਪੂਰੀ ਸੁਣੋ ਵੀ ਕੀ ਇੰਨਾ ਕਿਹੜਾ ਤੇਰਾ ਮੱਥਾ ਸੁਣੇ ਪੂਰੀ ਵੀਡੀਓ ਇੰਨਾ ਕਿਹੜਾ ਮੱਥਾ ਮਾਰੇ ਬਿਲਕੁਲ ਬਿਲਕੁਲ ਜੇਠਵਾਲ ਸਾਹਿਬ ਝਾੜੂ ਨਾਲ ਸੰਗਨ ਨੇ ਝਾੜ ਕੇ ਬਿਠਾ ਦਿੱਤਾ ਹੁਣ ਆਪਣੇ ਜੋ ਜੜੀਆਂ ਉਹ ਢੇਡਾਂ ਚੱਕੀ ਫਿਰਦਾ ਲਿਆ ਲਿਆ ਕਿ ਬਸਾਂ ਭਰ-ਭਰ ਕੇ ਲਾਇ ਬਿਠਾ ਕੇ ਗਾਣੇ ਗੁਣੇ गा ਕੇ ਨਿਕਲ ਜਾਂਦੇ ਉਹ ਜੋ ਚਾਰੇ ਦਾਲ ਪਾਣੀ ਪੀ ਕੇ ਨਿਕਲ ਜਾਂਦੇ ਨੇ ਤੇ ਨਾ ਉਹਨਾਂ ਨੂੰ ਕੋਈ ਲੈਣ ਦੇਣ ਜਿਹੜੇ ਕਹਿੰਦੇ ਜੀ ਉਹਦੇ ਪਿੱਛੇ ਫਾਲੋਅਰ ਹੁੰਦੇ ਨੇ ਹਰੇਕ ਮੈਂ ਕਿਹਾ ਵੀ ਬੇਨਤੀ ਕੀਤੀ ਫਾਲੋਅਰ ਹੈਗੇ ਹਰੇਕ ਦੇ ਪਿੱਛੇ ਹੁੰਦੇ ਨੇ ਭੀੜ ਤੇ ਹਰੇ ਪਿੱਛੇ ਚੱਲ ਪੈਂਦੀ ਹੈ ਉਹ ਜਿਹੜਾ ਸੀ ਨਿਰਮਲ ਬਾਬਾ ਸਮੋਸੇ ਨੇ ਚਟਨੀਆਂ ਦਿੰਦਾ ਕਿ ਉਹਦੇ ਪਿੱਛੇ ਲੋਕ ਹੀ ਨਹੀਂ ਸੀ ਹੈਗੇ ਇਹਦੇ ਚਲੋ ਪੱਲੇੋਂ ਪੈਸੇ ਖਰਚ ਕੇ ਆਪਣੇ ਜਿਹੜੇ ਬੰਦੇ ਸੱਦਦਾ ਹੈ ਉਹਦੇ ਸੁਣਿਆ 10 10000 ਰੁਪਏ ਦੀ ਉਹਦੀ ਫੀਸ ਹੁੰਦੀ ਸੀ ਅੰਦਰ ਐਂਟਰ ਕਰਨ ਦੀ ਉਹਦੇ ਹਾਲ ਦੇ ਵਿੱਚ ਲੋਕੀ ਉੱਥੇ ਜਾਂਦੇ ਸੀਗੇ আর ਸਿਰਸੇ ਆਇਆ ਇਹਦੇ ਪਿੱਛੇ ਇੰਨੇ 5 6 ਕਰੋੜ ਬਦਲ ਇਹਦੇ ਪਿੱਛੇ ਸੀਗਾ ਆ ਸਰਾਂ ਬਬੂ ਉਹਦੇ ਪਿੱਛੇ ਬੰਦੇ ਨਹੀਂ ਸੀ ਹੈਗੇ ਹੋਰ ਛੋਟੇ ਭਨਿਆਰੇ ਵਾਲਾ ਆ ਲੰਡੂ ਉਹਦੇ ਪਿੱਛੇ ਬੰਦੇ ਨਹੀਂ ਸੀ ਹੈਗੇ ਬੰਦੇ ਉਹਦੇ ਪਿੱਛੇ ਵੀ ਹੈਗੇ ਸੀ ਯਾਰ ਇਹਨਾਂ ਬੰਦਿਆਂ ਦਾ ਕੀ ਹੈ ਉਹ ਕਿਤੇ ਉਹ ਕਬਰ ਬਣਾ ਦੋ ਲੋਕ ਲੋਕੀ ਤੇ ਉੱਥੇ ਮੇਲੇ ਲਾਂਚ ਚੱਲ ਜਾਂਦੇ ਇਹਨਾਂ ਲੋਕਾਂ ਦਾ ਕੀ ਹੈ ਜਿਹੜੇ ਭਟਕਿਓ ਹੋਏ ਟੁੱਟੇ ਹੋਏ ਲੋਕ ਨੇ ਇਹਨਾਂ ਦੀ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਤੇ ਹੰਕਾਰ ਕਰਨਾ ਹਰ ਚਦਰ ਕਿਤੇ ਪਾ ਦੋ ਲੋਕੀ ਉੱਥੇ ਬਹਿ ਜਾਂਦੇ ਨੇ ਮਿੱਟੀਪੁਰ ਕੇ ਮਾਰੀ ਉੱਚੀ ਗਰ ਲੋਕੀ ਉਥੇ ਮਥੇ ਟੇਕ ਤੂਫਲਾਗੇ ਉਥੇ ਮਥੇ ਦੇਖਣ ਲੱਪੰਦੇ ਨੇ ਕਾਲਾ ਪਤਰਾ ਕੇ ਮੂਰੇ ਤੇਲ ਲੱਖ ਦੇ ਲੋਕੀ ਉਥੇ ਚੱਲ ਜਾਂਦੇ ਨੇ ਓਏ ਲੋਕਾਂ ਨੇ ਤੇ ਕੁੱਤੇ ਤੱਕ ਪੂਜੇ ਨੇ ਵੀ ਤੂੰ ਫਿਰ ਤੇ ਲੋਕੀ ਤੇਰੇ ਮੰਗਰਾਉਂਦੇ ਕਿਹੜੀ ਵੱਡੀ ਗੱਲ ਐ ਰਾਜਸਥਾਨ ਚ ਉਹ ਮੋਟਰਸਾਈਕਲ ਦਾ ਮੰਦਿਰ ਲੋਕੀ ਉਥੇ ਚੱਲ ਜਾਂਦੇ ਮੋਟਰਸਾਈਕਲ ਉਹਨੂੰ ਬਾਬਾ ਮੰਦਿਰ ਮੋਟਰਸਾਈਕਲ ਨੂੰ ਏਹੋ ਜੀ ਸ਼ਕਤੀ ਐ ਲੋਕਾਂ ਦਾ ਕੀ ਐ ਲੋਕੀ ਤੇ ਸੱਪ ਨੂੰ ਮੰਨੀ ਜਾਂਦੇ ਨੇ ਟਿੱਪਲ ਨੂੰ ਮੰਨੀ ਜਾਂਦੇ ਨੇ ਲੋਕੀ ਤੇ ਬਾਂਦਰ ਮੰਨੀ ਜਾਂਦੇ ਨੇ ਤੇ ਤੈਨੂੰ ਵੀ ਮੰਨੀ ਜਾਂਦੇ ਫਿਰ ਕੀ ਹੋ ਗਿਆ ਇਹ ਚ ਕੋਈ ਰੇ ਹੰਕਾਰ ਵਾਲੀ ਗੱਲ ਨਹੀਂ ਐ ਥੋੜਾ ਅਕਲ ਨਾਲ ਕੰਮ ਕਰੋ। ਬਾਕੀ ਇਹਨੂੰ ਹੁਣ ਕਹਿੰਦਾ ਫਾਇਦਾ ਨਹੀਂ ਇਹਦੇ ਗਰਖ ਗਿਆ ਬੇੜਾ। ਹੁਣ ਤੇ ਬਸ ਯਾਂ ਤੇ ਇਥੋਂ ਨਸ ਫਟਣੀ ਐ, ਇਥੋਂ ਫੂਲ ਨਿਕਲਣਾ ਕਾਣੀ ਖਤਮ ਹੋ ਜਾਣੀ ਦੀ। ਯਾਂ ਪਾਗਲ ਹੋ ਜਾਏਗਾ। ਹੋਰ ਤੇ ਕੁਛ ਨਹੀਂ ਐ। ਤੇ ਬਾਕੀ ਚਲੋ, ਵਾਵਾ ਸਮਾ ਹੋ ਗਿਆ, ਆਪਾਂ ਛੁੱਟੇ ਲਈਏ। ਤੇ ਗੁਰੂ ਪਰ ਆਪਣਾ ਅਮਰਤੂਲਾ ਸੰਭੋ। ਨਿਤਨੇਮ ਸੰਭੋ। ਜਿਹਦੇ ਪਹਿਲੇ ਨਿਤਨੇਮ ਨਹੀਂ ਉਹਦੇ ਪਹਿਲੇ ਕੱਖ ਨਹੀਂ। ਸਾਡੇ ਕੋਲ ਹੈ ਕਿ ਬਚਿਆ ਸੀ ਕੀ ਐ ਨਿਤਨੇਮ ਦੇ ਵਜ੍ਹਾ ਸਿੱਖਾਂ ਦੇ ਕੋਲ। ਇਸ ਨੇ ਸਾਨੂੰ ਰਾਜ ਲੈ ਕੇ ਦੇਣਾ ਹੈ। ਇਸ ਨੇ ਸਾਨੂੰ ਤਾਕਤ ਲੈ ਕੇ ਦੇਣੀ ਹੈ। ਜਦ ਬਾਣੀ ਔਰ ਬਾਣਾ ਪਰਪੱਕ ਹੋ ਜਾਂਦੇ ਨੇ ਫਿਰ ਗੁਰਕਲਗੀ ਤਰਫ ਪਿੱਛਾ ਹਰ ਜਗ੍ਹਾ ਮੋਰਚਾ ਮੈਦਾਨ ਫਤਿਹ ਕਰ ਦਿੰਦੇ ਨੇ। ਫਿਰ ਭਾਵੇਂ ਇਕੱਲੇ ਜਾਓ ਸਵਾ ਸਵਾ ਲੱਖ ਪਹੁੰਚ ਜਾਂਦੀਆਂ ਨੇ ਨਾਲ। ਖਿਸ਼ਦੀਪਰੇ ਵੀ ਨਾਲ ਚੱਲਦੇ ਨੇ। ਜਦ ਬਾਣੀ ਔਰ ਬਾਣਾ ਪਰਪੱਕ ਹੋਵੇ। ਨਹੀਂ। ਤੇ 500 100 200 ਬੰਦੇ ਇਕੱਠੇ ਜਾਓ। ਹਜ਼ਾਰ ਜਿਹੜਾ ਬੰਨਾ ਇਕੱਠਾ ਜਾਂ ਮੋਰਚੇ ਫੇਲ ਹੋ ਜਾਂਦੇ ਨੇ ਮੋਰਚੇ ਫੇਲ ਹੁੰਦਾ ਕਾਰਨ ਇਹ ਕਿ ਬਾਣੀ ਥੱਲੇ ਬਾਣੀ ਨਹੀਂ ਹੈ ਤੇ ਜਦੋਂ ਬਾਣੀ ੁਰਬਾਣਾ ਇੱਕ ਸਾਰਤਾ 'ਚ ਆ ਜਾਂਦੇ ਨੇ ਫਿਰ ਗਲਗੀ ਤਰਪਤਾ ਦੀ ਫਿਰ ਕਿਰਪਾ ਹੁੰਦੀ ਸਵਾ ਲੱਖ ਤੇ ਇੱਕ ਉਹ ਇਕੱਲਾ ਹੀ ਕਾਜਦਾ ਹਰ ਥਾਂ ਤੇ ਫਿਰ ਹਰ ਮੋਰਚਾ ਮੈਦਾਨ ਫਟੇ ਹੁੰਦਾ ਕੋਈ ਫੇਲ ਨਹੀਂ ਹੁੰਦਾ ਕਿਤੇ ਧੌਣ ਸਤਗੁਰਨੀ ਵੀ ਨਹੀਂ ਹੁੰਦੇ ਹਮੇਸ਼ਾ ਪਿੱਠ ਤੇ ਥਾਪੜਾ ਦੇ ਕੇ ਤੇ ਤਾਂ ਰੱਖਦੇ ਨੇ ਸੋ ਗੁਰੂ ਪਿਆਰਿਓ ਬਾਣੀ ਨਾਲ ਜੁੜੋ ਤੇ ਬਾਣਾ ਤੇ ਆਪੇ ਆ ਜਾਏਗਾ ਜਿਵੇਂ ਧਰਤੀ 'ਚ ਬੀਜ ਪਿਆ ਹੋਣਾ ਪੁੰਗਰ ਕੇ ਦੱਸਦਾ ਕਿ ਮੈਂ ਹਾਂ ਜਿੱਦਨੇ ਨਾਮ ਦਾ ਬੀਜ ਪੈ ਗਿਆ ਪੁੰਗਰੇਗਾ ਆਪਣੇ ਆਪ ਹੀ ਜਿੱਦਨ ਬੀਜ ਲੱਗ ਗਿਆ ਨਾ ਫਲ ਕੇ ਦੱਸੇਗਾ ਕਿ ਮੈਂ ਹਾਂ ਇਸ ਧਰਤੀ ਦੇ ਵਿੱਚ ਸੋ ਇਹਨਾਂ ਮੂਰਖਾਂ ਨੂੰ ਉਹਨਾਂ ਨੂੰ ਸੁਣਨਾ ਪੰ ਇਹਨਾਂ ਮਗਰ ਜਿਹੜੇ ਲੱਗੇ ਨੇ ਲੱਗੇ ਨੇ ਲੋਕੀ ਤੇ ਰਾਮ ਰੰਮੀ ਪਿਛੇ ਲੱਗੇ ਸੀ ਉਹਨਾਂ ਨੂੰ ਅਸੀਂ ਕੀ ਕਹਿ ਦੇਣਾ ਕਿ ਨਹੀਂ ਜਿਹੜੇ ਪੈਦਾ ਹੁੰਦੀ ਨੇ ਉਹਨਾਂ ਹਟਾਈਆਂ ਨਹੀਂ ਜਾਂਦੀਆਂ ਹੁੰਦੀ ਕਦੇ ਵੀ ਜਿਹੜੇ ਗੁਰੂ ਦੇ ਪਿਆਰੇ ਨੇ ਆਪਣੇ ਆਪ ਸੱਚ ਛੁੜਦਣ ਬੇੜਾ ਕਰਕੇ ਤੇ ਉਹਨਾਂ ਨੇ ਆਪਣਾ ਕਿਨਾਰਾ ਕਰ ਲੈਣਾ ਤੇ ਅਸੀਂ ਆਪਣਾ ਸਮਾ ਸੰਭੀਏ ਨਿਤਨੇ ਮੇਰਾ ਸੰਭੀ ਅੰਮ੍ਰਿਤ ਵਾਲਾ ਸੰਭੀ ਖੁੰਝਾਈ ਇਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ